ਉੱਠਣਾ। ਕਿਆਮਤ ਦਾ ਦਿਨ ਹੈ, ਪਾਣੀ ਨਹੀਂ ਮਿਲਦਾ, ਕੋਈ ਨੀ ਜੇ ਵਾਰੂ ਬਣਦਾ, ਓਏ ਕੋਈ ਨੀ ਜੇ ਵਾਰੂ ਬਣਦਾ, ਓਏ ਓਏ ਨਤੂਸ਼ਾ, ਹਾਂ ਫਤੂਸ਼ਾ, ਉਹ ਮੈਂ ਮਰ ਗਿਆ, ਮੇਰਾ ਚਿੱਕੜ ਸ਼ਾਹ ਗੁਆਚ ਗਿਆ, ਉਹ ਮੇਰੀ ਸੂਈ ਗਾਂ ਖੋਲ ਕੇ ਲੈ ਗਿਆ ਸੀ। ਕਹਿੰਦਾ ਸੀ ਜਦੋਂ ਕਿਆਮਤ ਆਈ ਨਾ, ਗਾਂ ਮੈਨੂੰ ਚੋ ਕੇ ਪੀ ਲੈਣ ਦੇ, ਤੇ ਕਿਆਮਤ ਜਾਣੇ ਤੇ ਮੈਂ ਜਾਣਾ, ਮੇਰਾ ਚਿੱਕੜ ਸ਼ਾਹ ਗੁਆਚ ਗਿਆ, ਉਹ ਫਲਾਣ ਸ਼ਾਹ ਉਹ ਕਿੱਥੇ ਆ, ਅਖੇ ਮੇਰਾ ਫਿੰਗਰ ਸ਼ਾਹ ਗੁਆਚਿਆ, ਮੈਂ ਤੇਰੇ ਚਿੱਕੜ ਸ਼ਾਹ ਨੂੰ ਕੀ ਕਰਨਾ, ਤੇ ਕੋਈ ਨੀ ਜੇ ਵਾਰੂ ਬਣਦਾ, ਓਏ ਜਿੰਦ ਨਮਾਣੀ ਦਾ ਲੱਗੀ ਆ ਤੇ ਕੁੱਟ ਮਿਲਦਾ ਨਹੀਂ ਪਾਣੀ ਦਾ, ਉਹ ਇੱਕ ਨਜ਼ਰੀ ਆਉਂਦਾ ਨਬੀ ਹੱਕਾਨੀ ਦਾ, ਪਰ ਪਤਾ ਨਹੀਂ ਸਾਕੀਏ ਕੌਸਰ ਕੀਮਤ ਕੀ ਲਾਈ ਆ, ਇਹ ਚਿੱਠੀ ਆਸਮਾਨ ਨੂੰ ਸਰਵਰ ਅਹਿਮਦ ਨੂੰ ਆਈ ਆ, ਲੋਕ ਦੌੜ ਦੌੜ ਕੇ ਆਉਂਦੇ ਨੇ ਪਾਣੀ ਪੀਣ ਵਾਸਤੇ, ਉਹ ਫਿਰ ਇਉਂ ਕਰ ਮਰ ਚੱਲਿਆ ਥਾਂ ਸੁਣਿਆ ਏ, ਉਹ ਜਿਹੜੇ ਭਾਬੀ ਆਉਂਦੇ ਨੇ ਹਨ ਨਾ, ਵੀ ਸਿਰਫ ਇੱਕ ਹੌਸ ਕੌਸਰ ਆ, ਉਹਦਾ ਸਾਕੀ ਜਨਾਬ ਏ ਮੁਹੰਮਦ ਰਸੂਲੁੱਲਾਹ, ਦੁਨੀਆਂ ਦੇ ਤੇ ਮੰਨਿਆ ਨਾ ਝੂੜਿਆ, ਅਸੀਂ ਸਾਡਾ ਬੇੜਾ ਗਰਕ ਹੋ ਗਿਆ, ਹੁਣ ਪਾਣੀ ਉੱਥੋਂ ਸਵਾਰੀਓ ਮਿਲਣਾ। ਆਂਦਾ ਕਿਹੜੇ ਮੂੰਹ ਨਾਲ ਜਾਈਏ, ਬੂਥਾ ਤੇ ਦੁਨੀਆਂ ਦੀ ਸੂਰਤ ਕਾ ਬਣਾਇਆ ਅਸੀਂ, ਮਸੀਤੇ ਦੇ ਬੜੇ ਕਦੀ ਨਹੀਂ ਸਾਂ, ਰੋਜ਼ਾ ਰੱਖਿਆ ਕੋਈ ਨਹੀਂ ਸੀ, ਜੋ ਨਬੀ ਨੇ ਫਰਮਾਇਆ ਮੰਨਿਆ ਨਹੀਂ ਸੀ, ਤੇ ਪਾਣੀ ਮਿਲਦਾ ਉੱਥੋਂ। ਦੂਜਾ ਆਂਦਾ ਯਾਰ ਗੱਲ ਸੁਣੀਆ, ਵੀ ਉਹ ਜਿਹੜਾ ਕੌਸਰ ਦਾ ਸਾਕੀ ਆ ਨਾ, ਉਹ ਬੜਾ ਰਹਿਮਤ ਲਿਲਆਲਮੀਨ ਹੈ, ਚਲੀਏ ਤੇ ਸਹੀ, ਆਉਣ ਕੇ ਪੀਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਇਨਸ਼ਾਅੱਲਾ ਵਕਤ ਆਇਆ ਅੱਲਾ ਸਾਨੂੰ ਮੌਕਾ ਦੇਗਾ ਇਨਸ਼ਾਅੱਲਾ। ਮੈਂ ਦੂਰੋਂ ਆਖਾਂਗਾ ਯਾ ਰਸੂਲ ਅੱਲਾ, ਤੁਹਾਡੇ ਹੁਕਮ ਦੇ ਤਹਿਤ ਬੜਾ ਕੁਛ ਛੱਡ ਕੇ ਆਏ ਹਾਂ, ਸੀਰੇ ਅਸਾਂ ਛੱਡੇ, ਖੀਰਾਂ ਅਸਾਂ ਛੱਡੀਆਂ, ਫਿਰ ਫਿਰਨੀਆਂ ਅਸਾਂ ਛੱਡੀਆਂ, ਫਿਰ ਚੌਲ ਇਸ ਕਿਸਮ ਦੇ ਅਸਾਂ ਛੱਡੇ, ਬੜਿਆਂ ਤਰੀਕਿਆਂ ਨਾਲ ਖਾਣ ਦਾ ਮੌਕਾ ਮਿਲਦਾ ਸੀ, ਸਾਡੀ ਜਿਨਸ ਖਾ ਖਾ ਕੇ ਫਿੱਟ ਗਈ ਤੇ ਮਰ ਗਈ, ਅਸੀਂ ਸਾਹਮਣੇ ਵੇਂਦੇ ਸਾਂ, ਅਸੀਂ ਆਉਂਦੇ ਸਾਂ ਸਾਨੂੰ ਉਹ ਖਵਾਓ ਜਿਹਦੇ ਉੱਤੇ ਮੁਸਤਫਾ ਦੀ ਮੋਹਰ ਹੈ, ਦੂਜੀ ਅਸਾਂ ਨਹੀਂ ਖਾਣੀ। ਨਾਰੇ ਤਕਬੀਰ, ਅੱਲਾਹੁ ਅਕਬਰ, ਕਰ ਬਸਰ ਗੈਰ ਹਦੀ, ਜ਼ਿੰਦਾਬਾਦ। ਤੇ ਉਹ ਆਉਂਦੇ ਹੁਣ ਮੋਹਰ ਹੀ ਵਿਖਾਓ, ਅਸੀਂ ਮੋਹਰ ਤੇ ਨਹੀਂ ਵਿਖਾਉਂਦੇ, ਅਸੀਂ ਆਉਂਦੇ ਚੌਲ ਹੀ ਨੇ ਕਿ ਉੱਤੇ ਕੁਰਾਨ ਹੀ ਪੜਿਆ, ਕੀ ਕੀਤਾ ਹੈ, ਅਸੀਂ ਆਪਣੀਆਂ ਮਰਜ਼ੀਆਂ ਕਰਦੇ ਸਾਂ, ਤੇ ਹੁਣ ਜਵਾਬ ਮਿਲਦਾ ਸਾਹਮਣੇ ਆਏ। ਆਇਆ ਇੱਕ ਟੋਲਾ ਚਿਹਰੇ ਚੰਦ ਨੂਰਾਨੀ ਨੇ, ਮੋਮਨਾ ਵਾਲੀ ਪੂਰੀ ਪਾਈਓ ਨਿਸ਼ਾਨੀ ਨੇ, ਪਾਣੀ ਪਿਲਾਵਣ ਚਾਹਿਆ ਨਬੀ ਹੱਕਾਨੀ ਨੇ, ਪਰ ਕੁਦਰਤੀ ਮੌਲਾ ਵਿੱਚ ਕੰਧ ਬਣਾਈ ਆ, ਇਹ ਚਿੱਠੀ ਆਸਮਾਨ ਨੂੰ ਸਰਵਰ ਅਹਿਮਦ ਨੂੰ ਆਈ ਆ। ਪਰਦਾ ਹੋ ਗਿਆ, ਪਿੱਛੇ ਹਟ ਜਾਓ, ਹਜ਼ੂਰ ਫਰਮਾਉਂਦੇ ਨੇ ਫਰਿਸ਼ਤੋ ਉਹ ਮੇਰੀ ਉਮਰ, ਕਿਆ ਸੋਹਣੇ ਬੂਥੇ ਨੇ, ਕਿਆ ਸੋਹਣੇ ਚਿਹਰੇ ਨੇ, ਮਿਹਰਾਬ ਚਿੜੀਆਂ ਚਿੜੀਆਂ ਜਿਹੇ ਮੱਥੇ ਤੇ ਨੇ, ਹੱਥ ਪੈਰ ਚਮਕਣੇ, ਮੇਰੀ ਉਮਤ ਹੈ, ਇਹ ਰਸੂਲੁੱਲਾ ਫਰਮਾ ਰਹੇ ਨੇ ਮੇਰੀ ਉਮਤ ਹੈ। ਤੇ ਫਰਿਸ਼ਤੇ ਕੀ ਕਹਿੰਦੇ ਨੇ, ਇੰਨਾ ਗੱਲਾ ਤਦਰੀ ਮਾ ਅਹਦਸੂ ਬਾਦਾ ਕਾ, ਇਹ ਮਹਬੂਬਾ ਤੁਹਾਨੂੰ ਪਿੱਛੇ ਤੁਹਾਨੂੰ ਪਤਾ ਨਹੀਂ ਤੁਹਾਡੇ ਪਿੱਛੋਂ ਇਹਨਾਂ ਦੀਆਂ ਕੀ ਕਰਤੂਤਾਂ ਸਾਨੂੰ ਤੁਹਾਨੂੰ ਪਤਾ, ਇੰਨਾ ਗੱਲਾ ਤਦਰੀ ਆਪ ਜਾਣਦੇ ਨਹੀਂ, ਆਪ ਜਾਣਦੇ ਨਹੀਂ। ਫਰਿਸ਼ਤੇ ਭਾਬੀ ਸਨ, ਫਰਿਸ਼ਤੇ ਭਾਬੀ ਹੋਣਗੇ, ਆਪ ਜਾਣਦੇ ਨਹੀਂ, ਇਹ ਗੁਸਤਾਖੀ ਆ ਕਿ ਫਰਿਸ਼ਤੇ ਗੁਸਤਾਖ ਨੇ, ਮਾਜ਼ ਅੱਲਾ, ਹੱਕ ਹੈ ਫਰਿਸ਼ਤੇ ਕਹਿੰਦੇ ਜੀ ਆਪ ਨਹੀਂ ਜਾਣਦੇ, ਮਾ ਦੱਸੂ ਬਾਦਾ ਕਾ, ਇਹਨਾਂ ਕਿਹੜਾ ਕਿਹੜਾ ਫਰੇਬ ਦੀਨ ਦੇ ਵਿੱਚ ਦਾਖਲ ਕਰਤਾ। ਹਜ਼ੂਰ ਫਰਮਾਉਂਦੇ ਨੇ ਸੋਹਕਨ ਮਨ ਗਈਰ ਅਬਾਦੀ, ਜਿਹਨਾਂ ਮੇਰੇ ਦੀਨ ਵਿੱਚ ਕਮੀ ਮਹਿਸੂਸ ਕਰਕੇ ਆਪਣੇ ਕੋਲੋਂ ਕਈ ਸ਼ਹਿਰਾਂ ਵਿੱਚ ਠੋਕੀਆਂ ਨੇ, ਇਹ ਮੇਰੇ ਨਹੀਂ ਤੇ ਮੈਂ ਇਹਨਾਂ ਦਾ ਨਹੀਂ, ਦੂਰ ਕਰੋ ਮੇਰੇ ਕੋਲੋਂ। ਇੱਕ ਤੇ ਉਹ ਜੇ ਦਫਾ ਦੂਰ ਹੋ ਜਾਣਗੇ ਉੱਥੇ ਰੋਣਾ ਪੈ ਜਾਏਗਾ, ਇੱਕ ਇਨਸ਼ਾਅੱਲਾ ਸਾਡੇ ਵਰਗੇ ਅੱਲਾ ਨੇ ਚਾਹੇ ਵਕਤ ਆਏਗਾ, ਅਸੀਂ ਵੀ ਕਿਸੇ ਥਾਂ ਸਿਰ ਬੈਠੇ ਹਾਂ, ਕੋਈ ਨਿਗਾਹ ਚੀਜ਼ ਹੈ, ਵਕਤ ਆਏਗਾ ਕੀ ਆਏਗਾ, ਨਾਲ ਪਿਆਰ ਦੇ ਕੋਲ ਬਿਠਾਣ ਮੈਨੂੰ, ਨਾਲ ਪਿਆਰ ਦੇ ਕੋਲ ਬਿਠਾਣ ਮੈਨੂੰ, ਆਖਣ ਪੀ ਕੌਸਰ ਮੈਂ ਪਿਲਾਣ ਵਾਲਾ, ਨਾਲ ਪਿਆਰ ਦੇ ਕੋਲ ਬਿਠਾਣ ਮੈਨੂੰ, ਆਖਣ ਪੀ ਕੌਸਰ ਮੈਂ ਪਿਲਾਣ ਵਾਲਾ, ਤੇ ਬੁਝ ਗਈ ਠੰਡ ਪਈ ਸੀਨੇ, ਮੁੱਲ ਪਿਆ ਕੁਰਾਨ ਸੁਣਾਉਣ ਵਾਲਾ, ਨਾਰੇ ਤਕਬੀਰ, ਹਦੀਬੇ ਪਾਕ
تے بج گئی ٹھنڈ پئی سینے مل پیا قرآن سنان والا تے پھر اٹھ کے کہاں گا او تقدیر میری اج چمک اٹھی کتھے میں تے کتھے شان والا تقدیر میری نعرہ تکبیر خطیب پاکستان مولانا محمد حسین صاحب شکوری مرکزی جمعیت اہل حدیث شان مصطفیٰ حاجت روا مشکل کشا اے جماعت موحدین اے حضور دے فداکارو حضور دے فدائیو حضور دی سنت مر مٹنے والو تانوں مبارک ہوے ادو کہو گے تقدیر میری اج چمک اٹھی کتھے میں تے کتھے شان والا حسین رج رج ویخ رسول سونا نالے پر سبحان بنان والا اللہ مینو تانوں قیامت دے عقیدے نوں جماؤن دی اپنے کریجے وچ توفیق بخشے انشاءاللہ ایوں صاف ہوواں گے جے قیامت دا عقیدہ جم گیا سیرت پاک ہو جائے گی صاف ہو جاواں گے کوئی جرم قریب تک نہیں آئے گا حرام میٹھا میٹھا ساڈے قریب نہیں پڑے گا آ ساڈے جلسہ ہون دیا اج کو نہیں تے کل ہونا ہے وہ ہیڈنگ ہے میٹھا مدینہ کدی سنیا جے جو گل آئی بس پکھڑنی والی نویں سوچی میٹھا مدینہ میں کہ تینجے جے میں کو آکھے میری دکان میں میٹھا شہد بکتا ہے میٹھا شہد بندہ پوچھے کوڑا بھی ہوندا ہے یا کو کہے کہ سفید دودھ یہاں سے خریدو کالا بھی ہوندا ہے تے مدینہ نو میٹھا کہنا کی مانا میٹھا مدینہ کوڑا بھی ہے اور جنہیں مدینہ ویکھیا اودی حال سن لو ایر کہ اللہ نے موقع دتا تے ایک رات رہن دا حکومت لو موقع سن ملیا تھلے بساں نے ساری کھڑیاں اتے فندق دخیل یعنی وہ کنو کہندے نے ہوٹل دخیل نام اتے سانو گنجائش ملی اتوں اتر لگے تے میں لکھیا مدینہ چھوڑ کر جانا پڑا ہے مدینہ چھوڑ کر جانا پڑا ہے بسوں کا قافلہ نیچے کھڑا ہے مدینہ ساتھ لے کر جا رہا ہوں اے بات غور نہ سننا مدینہ ساتھ لے کر جا رہا ہوں کیوں میرا دل نقش روزہ میں گڑا ہے میرا دل نقش روزہ میں گڑا ہے یہاں لیٹے ہیں دو عالم کے سرور یہاں لیٹے ہیں دو عالم کے سرور بغل میں نور کا جوڑا پڑا ہے صدیق اکبر عمر فاروق بغل میں نور کا جوڑا پڑا ہے میرے اس یہاں کی تختی صاف کرنے نبی کی حب کا آنسو پڑا ہے جو پوچھیں گے کہ کیا لائے جانور پوچھے نا سارے جی کی لے آئے ہو انجانے پوچھے کہ چھنکنا لے آئے ہو کہ دوجے پوچھے پانی لے آئے ہو کوئی کہنا کی تسبیحاں لے آئے ہو جو پوچھیں گے کہ کیا لائے کہوں گا نبی کے پیار سے دامن پرا ہے نبی کے پیار سے دامن پرا ہے میں بانٹوں گا اسے گھر گھر میں جا کر میں بانٹوں گا اسے گھر گھر میں جا کر خزانہ کرم کا اتنا بڑا ہے میں بانٹوں گا اسے گھر گھر میں جا کر خزانہ کرم کا اتنا بڑا ہے حسین لے لو مبارک سفر طیبہ فضل تجھ پر خداوند کا بڑا ہے تکبیر واخر دعوانا الحمدللہ